ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਰਫ ਕੇ ਪੁੱਲ 'ਤੇ ਆਏ ਅਤੇ ਸ਼ਰਾਬ ਪੀ ਰਹੇ ਭਾਈ ਰਸਾਲ ਸਿੰਘ ਜੀ, ਅਤੇ ਸੰਤਾਂ ਨੇ ਉਹਨਾਂ ਨੂੰ ਅਸਮਾਨ ਵਾਲਾ ਜਾਣਾ ਸੀ ਅਤੇ ਉੱਥੇ ਰਾਹ ਪੁੱਛਿਆ ਕਿ ਭਾਈ ਸਾਹਿਬ ਅਸੀਂ ਅਸਮਾਨ ਵਾਲੇ ਜਾਣਾ, ਸਾਨੂੰ ਰਾਹ ਦੱਸ ਦਿਉ। ਅਤੇ ਭਾਈ ਰਸਾਲ ਸਿੰਘ ਨੇ ਸ਼ਰਾਬ ਪੀਤੀ, ਬੜਾ ਮੰਦਾ ਚੰਗਾ ਸੰਤਾਂ ਨੂੰ ਬੋਲੇ ਅਤੇ ਸੰਤਾਂ ਨੂੰ ਕਹਿੰਦੇ 40 ਸਿੰਘ ਜਾ ਕੇ ਉਹਨਾਂ ਘਰੇ ਜਾ ਕੇ ਅੱਧੀ ਰਾਤ ਭਾਜੜਾ ਪਾਵੋਗੇ ਅਤੇ ਤੁਸੀਂ ਰਹਿਣ ਦੇਵੋ। ਅਤੇ ਉੱਤੋਂ ਮੀਂਹ ਪੈਣ ਦਿਆ ਅਤੇ ਸੰਤਾਂ ਨੇ ਕਿਹਾ ਕੀ ਪਤਾ ਕੱਲ੍ਹ ਨੂੰ ਤੂੰ ਵੀ ਸਾਡੇ ਨਾਲ 41ਵਾਂ ਸਿੰਘ ਹੋਵੇ। ਅਤੇ ਇੰਨੇ ਵਚਨ ਕਰਕੇ ਸੰਤ ਗੁਰਦਿਆਲ ਸਿੰਘ ਭੈਣੀ ਵਾਲੇ ਸੀ, ਉਹਨਾਂ ਘਰੇ ਸੰਤਾਂ ਦਾ ਆਸਣ ਸੀ ਅਤੇ ਸੰਤ ਉੱਥੇ ਚਲੇ ਗਏ। ਅਤੇ ਭਾਈ ਰਸਾਲ ਸਿੰਘ ਨੂੰ ਸਾਰੀ ਰਾਤ ਨੀਂਦ ਨਾ ਆਈ ਅਤੇ ਫਿਰ ਭਾਈ ਰਸਾਲ ਸਿੰਘ ਨੇ ਆਪਣੀ ਪਤਨੀ ਨੂੰ ਨਾਲ ਖੜਿਆ ਅਤੇ ਆਪਣੀ ਮਾਤਾ ਨੂੰ ਨਾਲ ਖੜਿਆ ਅਤੇ ਇਸ਼ਨਾਨ ਵਾਣ ਕਰਕੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕੋਲ ਗਏ ਅਤੇ ਉੱਥੇ ਜਾ ਕੇ ਸੰਤਾਂ ਨੂੰ ਮਿਲੇ ਅਤੇ ਮਾਫ਼ੀ ਮੰਗੀ ਅਤੇ ਚਰਨੀ ਢਹਿ ਪਏ ਅਤੇ ਕਹਿਣ ਲੱਗੇ ਜੋ ਮੈਂ ਰਾਤੀ ਬੋਲਿਆ ਉਹ ਮੇਰੇ ਤੋਂ ਸ਼ਰਾਬ ਬਣਾਉਂਦੀ ਸੀ ਅਤੇ ਮੈਨੂੰ ਮਾਫ਼ ਕਰ ਦਿਓ। ਅਤੇ ਉੱਥੇ ਸੰਤਾਂ ਨੇ ਅਰਦਾਸ ਬੇਨਤੀ ਸੋਧ ਕੇ ਅਤੇ ਭਾਈ ਰਸਾਲ ਸਿੰਘ ਨੂੰ ਆਪਣੇ ਨਾਲ ਜੰਝ ਖੜਿਆ ਸੀ। ਬੱਚੇ ਮੇਰੇ ਛੋਟੇ ਛੋਟੇ ਸੀ, ਇਹ ਸੁਣੀ ਮੈਂ ਬੜੇ ਔਖੇ ਦਿਨ ਕੱਢੇ ਨੇ, ਲੋਕਾਂ ਨੇ ਕਰਜ਼ਾ ਜਾ ਕੇ ਇਹਨਾਂ ਨੂੰ ਪਾਲਿਆ, ਕਿਸੇ ਨੇ ਰੋਟੀ ਦੇ ਦਿੱਤੀ, ਕਿਸੇ ਨੇ ਨਾ ਦਿੱਤੀ, ਅਤੇ ਪੇਕੇ ਮੈਂ ਕਦੇ ਮੈਂ ਪੇਕੇ 'ਚ ਆਈ ਜਾਣਾ, ਕਦੇ ਮੈਂ ਇੱਥੇ ਰਹਿਣਾ, ਕਦੇ ਮੇਰੇ ਪੇਕਿਆਂ ਨੇ ਸਾਰਾ ਕੁਛ ਦੇ ਕੇ ਘੱਲਣਾ, ਮੈਨੂੰ ਭੁੱਖੇ ਨੇ ਨਿਆਣੇ ਨੇ, ਅਤੇ ਡਰ ਦਾ ਕੁਛ ਆਉਂਦਾ ਨਹੀਂ ਹੁੰਦਾ ਸਾਨੂੰ। ਇੱਕ ਘਰ ਜਾਣ ਜੋਜੀ ਆਖਣਾ ਕਹਾਂ ਚਲੇ ਜਾਓ, ਅਸੀਂ ਨਹੀਂ ਸੌਣਾ, ਉਦੋਂ ਵੀ ਇੰਨੇ ਦਿਨ ਔਖੇ ਡਰ ਦਾ ਕੁਛ ਸਾਨੂੰ ਗਾਣਾ ਨਹੀਂ ਲਾਉਂਦਾ ਪਿੰਡ ਦਾ। ਦਰਬਾਰ ਸਾਹਿਬ ਵੀ ਉਹਨਾਂ ਨੇ ਸੰਤਾਂ ਨੇ ਡਿਊਟੀ ਲਾ ਦਿੱਤੀ ਸੀ, ਉਹਨਾਂ ਨੂੰ ਦੇ ਦਿੱਤਾ ਸੀ, ਜਿੱਥੇ ਗੋਲੀਆਂ ਵੱਜੀਆਂ ਹੁਣ ਵੀ ਅਕਾਲ ਤਖ਼ਤ ਦੇ ਸਾਹਮਣੇ ਡਿਊਟੀ ਜਿਹੜੀ ਬਣੀ ਉੱਤੇ ਉਹ ਰਹਿੰਦੇ ਸੀ, ਉਹ ਕਮਰਾ ਉਹਨਾਂ ਨੂੰ ਦੇ ਦਿੱਤਾ ਸੀ। ਫਿਰ ਉਹਨਾਂ ਦੀ ਸੇਵਾ ਲਾ ਦਿੱਤੀ ਕਿ ਚੋਲੇ ਅਤੇ ਕਛਹਿਰੇ ਸਾਬਣ ਜਿਹੜੇ ਸਿੰਘ ਨੂੰ ਲੋੜ ਪਵੇ, ਚੋਲੇ ਕਛਹਿਰੇ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਪਏ ਇਹ ਤੁਸੀਂ ਦੇਣਾ ਉਹਨਾਂ ਸ਼ਹੀਦੀ। ਫਿਰ ਉੱਥੇ ਟਾਈਮ 'ਚ ਹੋ ਗਈ ਬਾਬਿਆਂ ਨਾਲ ਜੋ ਰਲਿਆ ਸੀ ਸੰਤਾਂ ਨਾਲ, ਅਤੇ ਫਿਰ ਉੱਥੇ ਘੇਰਾ ਪਾਇਆ ਗਿਆ, ਨਿਕਲਿਆ ਨਾ ਗਿਆ, ਤਾਂ ਫਿਰ ਉਹ ਸ਼ਹੀਦ ਉੱਥੇ ਇਸ ਤਰ੍ਹਾਂ ਹੋ ਗਿਆ ਸੀ। ਉੱਥੇ ਪੁਲਿਸ ਕਦੇ ਤੜਕੇ ਪਾਏ ਜਾਣੀ, ਕਦੇ ਰਾਤ ਨੂੰ ਪਾਏ ਜਾਣੀ, ਕਦੇ ਥਾਂ ਸ਼ਹਿਰ ਦੀ ਪਾਏ ਜਾਣੀ। ਦੋ ਤਿੰਨ ਵਾਰ ਸ਼ਹਿਰ ਦੀ ਲਗਾਈ ਫੜ ਕੇ ਮੈਨੂੰ, ਫਿਰ ਮੱਲਾਂ ਦੀ ਲਗਾਈ ਫੜ ਕੇ ਮੈਨੂੰ, ਫਿਰ ਚਗੱਤੇ ਵਾਲੀ ਚੌਂਕੀ ਏ ਉਹ ਲਗਾਏ ਫੜ ਕੇ ਮੈਨੂੰ, ਵਾਧੂ ਲਿਜਾਂਦੇ ਰਹੇ ਨੇ ਸਾਨੂੰ। ਹਾਂ ਇਹ ਮਗਰ ਆਉਂਦੇ ਰਹਿਣਾ ਕਰਨਾ ਇਹਨਾਂ ਨਿੱਕਿਆਂ ਨਿੱਕਿਆਂ ਨੇ, ਅਤੇ ਮੈਨੂੰ ਅਗਲਾ ਲੈ ਜਾਣਾ ਕਰਨਾ, ਨਾ ਛਪਾਉਣਾ ਹੁੰਦੀਆਂ ਸੀ। ਅੱਜ ਤਾਂ ਇਸ ਤਰ੍ਹਾਂ ਬਾਹਰ ਰੋਲ ਖੋਲ੍ਹ ਕੇ ਬਸ ਖਾਧਾ ਪੀਤਾ, ਅਤੇ ਨਾ ਸਾਡੀ ਪਾਲੀ ਕਿਸੇ ਨੇ ਬੀਜਣ ਦਿੱਤੀ, ਪਾਲੀ ਤਾਂ ਵਿੱਚ ਅੱਕ ਉੱਗੇ ਰਹੇ ਨੇ, ਗੌਰਮੈਂਟ ਪਾਈ ਵਾਹੁਣ ਨਹੀਂ ਦਿੰਦੀ ਸਾਨੂੰ। ਇਹ ਜਿਹੜੀ ਲੈਂਟਰ ਦੀ ਸੇਵਾ ਹੈ ਇਹ ਖਾਲਸਾ ਹੈਡ ਵਾਲਿਆਂ ਨੇ ਸਾਰੇ ਜਿੰਨਾ ਵੀ ਪੈਸਾ ਬਣਿਆ ਉਹਨਾਂ ਨੇ ਸਿੱਧਾ ਦੁਕਾਨ 'ਤੇ ਪੈਸਾ ਜਿਹੜਾ ਉਹ ਖਾਲਸਾ ਹੈਡ ਵਾਲਿਆਂ ਨੇ ਦਿੱਤਾ ਹੈ। ਹੋਰ ਜਿਹੜੀ ਵਾਇਰਿੰਗ ਵੀ ਹੋਈ ਹੈ ਉਹ ਵੀ ਉਹਨਾਂ ਹੀ ਖਾਲਸਾ ਹੈਡ ਨੇ ਸਾਰਾ ਪੈਸਾ ਜਿਹੜਾ ਵਾਇਰਿੰਗ ਦਾ ਉਹ ਵੀ ਦਿੱਤਾ। ਉਹ ਵੀ ਜੇ ਕੋਈ ਉੱਥੇ ਥੋੜ੍ਹਾ ਬੜਾ ਖਰਚਾ ਰਹਿੰਦਾ ਸੀ ਦੁਕਾਨ 'ਤੇ ਉਹ ਵੀ ਉਹਨਾਂ ਨੇ ਕਲੀਅਰ ਕੀਤਾ। ਹੁਣ ਮਹਾਰਾਜ ਦੀ ਕਿਰਪਾ ਅੱਗੇ ਨਾਲ ਠੀਕ ਹੈ, ਖਾਲਸਾ ਹੈਡ ਵਾਲਿਆਂ ਕੀਤਾ ਕੰਮ, ਧੰਨਵਾਦ ਕਰਦੇ ਉਹਨਾਂ ਦਾ। ਪਹਿਲਾਂ ਬੜੇ ਮਾੜੇ ਹਾਲਾਤ ਸੀ, ਹਾਂਜੀ ਕੋਠੇ ਹੁੰਦੇ ਸੀ ਦੋ, ਅਤੇ ਮੀਂਹ ਆਉਣਾ ਅਤੇ ਚੋਲ ਪੈਣੇ ਅਤੇ ਪਾਣੀ ਵਗਣਾ ਅੰਦਰ, ਅਤੇ ਹੁਣ ਤਾਂ ਖਾਲਸਾ ਹੈਡ ਵਾਲਿਆਂ ਕਿਰਪਾ ਕੀਤੀ ਹੈ ਅਤੇ ਪੈਸੇ ਲਾ ਕੇ ਘਰ ਪਾ ਕੇ ਦਿੱਤਾ, ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ।